ਵਾਲ ਪੱਟੇ ਮੇਰੇ ਸਿਰਾਂ ਨੂੰ ਲੈ ਗਏ ਸਰ। ਕਿਰਨ ਦੀ ਕੀ ਹੋਇਆ ਤੁਹਾਡੇ ਮੰਮੀ ਅਸੀਂ ਇਕੱਲੇ ਸੀ ਘਰੇ ਹਾਂ ਹਾਂ ਮੰਮੀ ਸੀ ਨਾਲ ਸਾਡੀ ਤੇ ਕੋਈ ਆ ਕੇ ਦੋ ਚਾਰ ਜਣੇ ਸੀ ਤੇ ਉਹ ਗੱਲ ਪੈ ਕੇ ਸਾਡੇ ਇਕੱਲੇ ਕੀ ਤੁਹਾਡੇ ਘਰ ਦੇ ਵਿੱਚ ਹੀ ਹਮਲਾ ਕਰਤਾ ਹਾਂਜੀ ਘਰ ਚ ਹੀ ਆ ਕੇ ਹਮਲਾ
ਦੇ ਧਮਕੀਆਂ ਦਿੱਤੀਆਂ ਹੈ ਉਹਨਾਂ ਨੇ ਤੁਹਾਨੂੰ ਹੁਣ ਵੀ ਦੇ ਰਹੇ ਨੇ ਹਾਂਜੀ ਹੁਣ ਵੀ ਦੇ ਰਹੇ ਅੱਛਾ ਹੁਣ ਪੁਲਿਸ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਹੁੰਦਾ ਨਹੀਂ ਹਜੇ ਤੱਕ ਤੇ ਕੁਝ ਕੀਤਾ ਨਹੀਂ ਫੜੇ ਨਹੀਂ ਗਏ ਬੰਦੇ ਨਹੀਂ ਹਜੇ ਨਹੀਂ ਫੜੇ ਗਏ ਉਹਨਾਂ ਚੰਗੀ ਕਾਰਵਾਈ ਕਰੋ ਤੇ ਉਹਨਾਂ ਨੂੰ ਫੜੋ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਹੈ ਸਾਡੇ ਨਾਲ ਸਰ ਕੋ ਅਸੀਂ ਨਹਿਰ ਤੇ ਕੰਮ ਕਰਦੀਆਂ ਸੀ ਹਾਂਜੀ ਨਰੇਗਾ ਦਾ ਹਾਂਜੀ ਹਾਂਜੀ ਤੇ ਉੱਥੇ ਬਾਲਣ ਹਾਂਜੀ ਕਰਾਣ ਲੱਗੀ ਵੀ ਸੀ ਹਾਂਜੀ ਹਾਂਜੀ ਤੇ ਉੱਥੇ ਅਸੀਂ ਆਖਿਆ ਤੂੰ ਹੌਲੀ ਟਰੈਕਟਰ ਲਿਆ ਕੌਣ ਸੀ ਟਰੈਕਟਰ ਜਿਹੜਾ ਚਲਾਉਂਦਾ ਸੀ ਉੱਥੇ ਸਲੱਖਣ ਸਿੰਘ ਸੀ ਅੱਛਾ ਅੱਛਾ ਟਰੈਕਟਰ ਪਜਾ ਪਜਾ ਕੇ ਲੰਘਦਾ ਸੀ ਬੱਚੇ ਫਿਰਦੇ ਆ ਕਿ ਥੱਲੇ ਬੱਚੇ ਆ ਜਾਣਗੇ ਤੂੰ ਨਾ ਹੀ ਨਾ ਲਿਆ ਉਹਦੇ ਕਾਰਨ ਸਾਡੇ ਹੱਥ ਨੇ ਗਲ ਪੈ ਗਿਆ ਆਣ ਕੇ ਕੁੱਟਾ ਕੁੱਟਿਆ ਮਾਰ ਕਿੰਨੇ ਕੁ ਬੰਦੇ ਲਿਆ ਸੀ ਜਿਹੜਾ ਤੁਹਾਡੇ ਗਲ ਪਿਆ ਸੀ ਸਾਡੇ ਇਹਨੇ ਪਤਾ ਨਹੀਂ ਬਾਵਾ ਬੰਦੇ ਸੀ 6-7 ਬੰਦੇ ਸੀ ਗਲ ਆਣ ਕੇ ਪੈ ਗਿਆ ਕੀ ਗੁੰਡਾਗਰਦੀ ਗੁੰਡਾਗਰਦੀ ਕੀਤੀ ਹਾਂ ਗੁੰਡਾਗਰਦੀ ਕੀਤੀ ਸਰ ਅੱਛਾ ਅੱਛਾ ਤੇ ਮੇਰੀ ਗੁੜਗਾ ਦੇ ਵੀ ਕਿਰਪਾਨ ਸੀ ਹੱਥ 'ਚ ਉਹਦੇ ਨਾਲ ਵੀ ਧਮਕੀਆਂ ਦਿੰਦੇ ਸੀ ਘਰ ਦੇ ਵਿੱਚ ਹੀ ਹਮਲਾ ਕਰਤਾ ਤੁਹਾਡੇ ਹਾਂਜੀ ਘਰ ਦੇ ਵਿੱਚ ਹਮਲਾ ਕਰਤਾ ਸਰਕਾਰਾਂ ਦਾ ਬੜੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੱਡੇ ਵੱਡੇ ਸਰਕਾਰਾਂ ਟੈਂ ਕਮਿਟਰਸ ਵੱਡੀਆਂ ਵੱਡੇ ਦਾਅਵੇ ਕਰਦੇ ਆ ਸਾਡੀ ਕੋਈ ਸੁਣਾਈ ਨਹੀਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਹੀਂ ਕੋਈ ਸੁਣਾਈ ਨਹੀਂ ਜੀ ਨਹੀਂ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ ਨਹੀਂ ਕੀਤੀ ਜੀ ਸਰ ਹੁਣ ਕੀ ਮੰਗ ਕਰਦੇ ਹੋ ਅਸੀਂ ਇਹੋ ਹੀ ਆਨੇ ਆ ਸਾਡੇ ਬਸ ਸੁਣਨ ਆਣ ਕੇ ਫੜਨੇ ਨਾ ਬੰਦਿਆਂ ਨੂੰ ਉਹ ਬੰਦੇ ਘਰੇ ਫਰਦੇ ਆ ਤੇ ਬਸ ਉਹਨਾਂ ਨੂੰ ਫੜਿਆ ਜਾਵੇ ਕੁੱਟਮਾਰ ਮੈਨੂੰ ਬਥੇਰੀ ਕੀਤੀ ਪਰ ਮੇਰੀ ਕੋਈ ਗੱਲ ਨਹੀਂ ਸੁਣਦੇ ਤੁਹਾਡੇ ਵਾਲ ਵੂਲ ਪੱਟੇ ਵਾਲ ਪੱਟੇ ਸਰ ਸਰ ਮੇਰੇ ਵੀ ਸ਼ਰਿਆਂ ਵੀ ਗੁੰਡਾਗਰਦੀ ਕੀਤੀ ਗਈ ਵਾਲ ਪੱਟੇ ਆ ਘਰ ਕੁੱਟਮਾਰ ਕੇ ਗਏ ਕੋਈ ਇਹਨਾਂ ਦੀ ਸੁਣਾਈ ਨਹੀਂ ਹੋ ਰਹੀ ਆ ਮੈਂ ਆਨੀ ਇਹਨੂੰ ਫੜ ਕੇ ਲੈ ਕੇ ਜਾਣ ਇਹਨਾਂ ਨੂੰ ਕਰਨ ਸੂ ਕੀ ਨਾਂ ਤੁਹਾਡਾ ਮੇਰਾ ਨਾਂ ਚੜਤ ਸਿੰਘ ਆ ਜੀ ਹਾਂ ਕੀ ਹੋਇਆ ਸੀ ਜਿਹੜਾ ਲੜਾਈ ਮੌਕੇ ਤੇ ਲੜਾਈ ਹੋਈ ਹੈ ਜੀ ਮੇਰੀ ਭਰਜਾਈ ਸੀ ਤੇ ਮੇਰੀ ਭਤੀਜੀ ਸੀ ਗੋੜੀਆ ਮੇਰੇ ਭਰਾ ਦੀ ਤੇ ਲੜ ਲੜ ਕੇ ਤੇ ਜਾਣ ਲੱਗੇ ਤੇ ਮਗਰੋਂ ਕੁਜਰਤੀ ਮੈਂ ਹੀ ਘਰੇ ਆ ਗਿਆ ਤੇ ਮੈਨੂੰ ਗੁੱਸਾ ਜਿਹਾ ਆਇਆ ਤੇ ਜਦੋਂ ਮੈਂ ਸਾਡੀਆਂ ਬੁੜੀਆਂ ਨੂੰ ਕੁੱਟਿਆ ਇਹਨਾਂ ਨੇ ਤੇ ਮੈਂ ਤਾਂ ਡਿੱਗਣ 'ਚ ਲੱਗਾ ਤੇ ਇਹਨਾਂ ਨੇ ਮੇਰੇ ਹੀ ਮਾਰੀਆਂ ਮੂਰੀਆਂ ਮੂੰਹ ਮਾਂ ਤੇ ਕੀ ਸੀ ਉਹਨਾਂ ਕੋਲ ਜਿਹੜੇ ਤੁਹਾਡੇ ਮਾਰ ਕੇ ਜੀ ਕੀ ਹਥਿਆਰ ਸੀ ਜਿਹੜੇ ਉਹਨਾਂ ਹਥਿਆਰ ਸੀ ਉਹਨਾਂ ਜੀ ਤਿੱਖੇ ਤਲਵਾਰਾਂ ਤਲਵਾਰਾਂ ਹੈਗੇ ਸੀ ਕਾਚੂ ਕੁਚੂ ਕੋਈ ਅਣਪਛਾਤੇ ਬੰਦੇ ਵੀ ਸੀ 8-7 ਬੰਦੇ ਸੀ ਤੁਹਾਡੇ ਘਰ ਦੇ ਵਿੱਚ ਹੀ ਕੁੱਟਮਾਰ ਘਰ ਵਿੱਚ ਹੀ ਕੁੱਟਮਾਰ ਹੋਈ ਹੈ ਜੀ ਕਿਹਨਾਂ ਨਾਲ ਕੁੱਟਮਾਰ ਹੋਈ ਸੀ ਕਿਹਨਾਂ ਨਾਲ ਕੁੱਟਮਾਰ ਹੋਈ ਸੀ ਇਹ ਪਹਿਲਾਂ ਮੇਰੀ ਭਰਜਾਈ ਨਾਲ ਮੁੜ ਕੇ ਮੇਰੇ ਨਾਲ ਵੀ ਮਾਰ ਮੂਰ ਗਏ ਕੁਛ ਮੇਰੇ ਤਾਂ ਹਜੇ ਵੀ ਸੱਟਾਂ ਮੂੰਹ ਮਾਂ ਵੀ ਮੈਂ ਸੁੱਜਿਆ ਪਿਆ ਮੂੰਹ ਮਾਂ ਤੇ ਵੀ ਮਾਰ ਗਏ ਮੇਰੇ ਜੀ ਹੁਣ ਪੁਲਿਸ ਕੋਲ ਫੜੇ ਗਏ ਜਾਂ ਨਹੀਂ ਪੁਲਿਸ ਕੋਲ ਕੁਛ ਨਹੀਂ ਪੜੇ ਕੋਈ ਸੁਣਵਾਈ ਨਹੀਂ ਜੀ ਨਾ ਕੋਈ ਕੈਪਟਨ ਸੁਣਵਾਈ ਕਰਦਾ ਸੀ ਬੜੂਆਂ ਦੀ ਨਾ ਕੈਪਟਨ ਸਾਹਿਬ ਚੁੱਕੀ ਪਤਾ ਕਰ ਰਹੇ ਆ ਇਹ ਪਤਾ ਜ਼ਰੂਰੀ ਚਾਹੀਦਾ ਸਾਨੂੰ ਤਾਂ ਬਸ ਇਨਸਾਫ ਚਾਹੀਦਾ ਜੀ ਪੁਲਿਸ ਨਹੀਂ ਫੜ ਰਹੀ ਅਜੇ ਤੱਕ ਪੁਲਿਸ ਨਹੀਂ ਫੜ ਰਹੀ ਜੀ ਹੁਣ ਕੀ ਮੰਗ ਹੈ ਸਾਡੀ ਮੰਗ ਇਨਸਾਫ ਆ ਬਸ ਉਹ ਬੰਦੇ ਥਾਣੇ ਜਾਣੇ ਚਾਹੀਦੇ ਜੇਲ੍ਹ ਜਾਣੇ ਚਾਹੀਦੇ ਬਸ ਇਹੀ ਆ ਮੇਰੇ ਘਰ ਵਾਲੀ ਨਾਲ ਹੀ ਕੰਮ ਤੇ ਲੱਗੇ ਹੋਏ ਸੀ ਨਰੇਗਾ ਦੇ ਹਾਂਜੀ ਅਸੀਂ ਉੱਥੇ ਪਾਰਕ ਬਣਾਈ ਜਾਂਦੇ ਸੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਇਸ ਤਰ੍ਹਾਂ ਰੋਕ ਰਹੇ ਸੀ ਉਹਨਾਂ ਨੂੰ ਵੀ ਘੱਟਾ ਉੱਡ ਰਿਹਾ ਪਾਰਕ ਦੇ ਵਿੱਚ ਪਲਸਤਰ ਕਰ ਲਿਆ ਪਲਸਤਰ ਤੇ ਘੱਟਾ ਪੈਂਦਾ ਜਵਾਕ ਸੀਗੇ ਨਾਲ ਜਵਾਕਾਂ ਬਾਰੇ ਰੋਕ ਰਹੇ ਸੀ ਅਸੀਂ ਜਵਾਕਾਂ ਬਾਰੇ ਉਹ ਨਹੀਂ ਰੁਕੇ ਜਨਾਬ ਅਤੇ ਮੁੜ ਕੇ ਉਹਨਾਂ ਨੂੰ ਰੋਕਿਆ ਅਤੇ ਉਹ ਚੜੰਮਾ 'ਚ ਚੂੜੇ ਦੱਸ ਕੇ ਗਏ ਜਨਾਬ ਘਰ ਆ ਕੇ ਜਨਾਨੀ ਕਹਿੰਦੇ ਅਸੀਂ ਤਾਂ ਘਰੇ ਹੈਗੇ ਜਨਾਬ ਅਤੇ ਮੁੜ ਕੇ ਜਨਾਨੀ ਦੇ ਮੇਰੀ ਦੇ ਘਰ ਦੀ ਤਾਂ ਗੱਲ ਪਈ ਹੈ ਅਤੇ ਇੱਕ ਗੁੜੀਆਂ ਮੇਰੀ ਆ 19 ਸਾਲ ਦੀ ਉਹਦੇ ਗਲ ਪਏ ਆ ਕੇ ਉਹਦੇ ਜੁੰਡੇ ਜੰਡੇ ਪੱਟੇ ਮੇਰੇ ਘਰ ਦੀ ਵੀ ਜੁੰਡੇ ਪੱਟੇ ਆ ਕੇ ਜਨਾਬ ਅਤੇ ਕੋਈ ਸੁਣਵਾਈ ਨਹੀਂ ਹੋ ਰਹੀ ਕੈਪਟਨ ਸਰਕਾਰ ਕਿੱਥੇ ਆ ਕੈਪਟਨ ਸਰਕਾਰ ਹੁਣ ਦੱਸੇ ਵੀ ਕਿੱਥੇ ਆ ਅਸੀਂ ਕਿਰਪਾਨਾਂ ਲੈ ਕੇ ਜਨਾਬ ਇੱਥੇ ਆਏ ਆ ਅਣਪਛਾਤੇ ਉਹਨਾਂ ਕੋਲ ਹਥਿਆਰ ਹੋਰ ਵੀ ਸੀਗੇ ਤੇ ਕੋਈ ਸਾਡੀ ਗੱਲ ਨਹੀਂ ਸੁਣ ਰਹੀ ਸਾਡੀ ਗੱਲ ਅੱਜ ਤੋਂ ਸੁਣੀ ਜਾਵੇ ਕੀ ਤੁਹਾਡੇ ਘਰ ਦੇ ਵਿੱਚ ਗੁੰਡਾਗਰਦੀ ਹਾਂ ਘਰ ਦੇ ਵਿੱਚ ਗੁੰਡਾਗਰਦੀ ਕੀਤੀ ਜਨਾਬ ਸ਼ਰੇਆਮ ਹੀ ਹੋਈ ਹਾਂਜੀ ਸ਼ਰੇਆਮ ਹੋਈ 7 ਵਜੇ 6:30-7 ਵਜੇ ਹੋਈ ਹੈ ਜੀ ਦਿਨ ਦਿਹਾੜੇ ਹਾਂਜੀ 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 ਦਿਨ ਦਿਹਾੜੇ 6:30-7 ਵਜੇ ਦੇ ਗੁੰਡਾਗਰਦੀ ਹੋਈ ਆ ਸਾਡੀਆਂ ਜਨਾਨੀਆਂ ਜੁੰਡੇ ਜੰਡੇ ਪੱਟੇ ਹੋਏ ਆ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੁੱਟਮਾਰ ਵੀ ਕੀਤੀ ਹਾਂ ਕੁੱਟਮਾਰ ਕੀਤੀ ਆ ਫੁੱਲ ਜਨਾਨੀਆਂ ਦੀ
ਕੁੜੀ ਦੇ ਵੀ ਮੇਰੇ ਤੇ ਲੱਫੜ ਚਪੇੜਾਂ ਵੱਜ ਗਈਆਂ ਜੀ। ਪੁਲਿਸ ਵੱਲੋਂ ਬੰਦੇ ਫੜੇ ਨਹੀਂ ਗਏ? ਹਾਂ, ਪੁਲਿਸ ਵੱਲੋਂ ਬੰਦੇ ਫੜੇ ਨਹੀਂ ਗਏ। ਕੀ ਹੁਣ ਕੀ ਤੁਹਾਨੂੰ ਕਹਿੰਦੇ ਨੇ ਆ ਕੇ? ਕੁਛ ਨਹੀਂ ਕਹਿ ਰਹੇ ਜਨਾਬ, ਕੋਈ ਸੁਣ ਨਹੀਂ ਰਿਹਾ ਕੋਈ। ਹਾਂਜੀ ਹਾਂਜੀ, ਹੁਣ ਵੀ ਸਾਨੂੰ ਜਨਾਬ ਉਹ ਜੇਲ੍ਹ 'ਚੋਂ ਆਇਆ, ਸਾਨੂੰ ਕੋਈ ਧੌਂਕੀਆਂ ਦਿੰਦਾ, ਉਹ ਕਹਿੰਦਾ ਮੈਂ ਵੱਢ ਕੇ ਜਾਣਾ ਜਨਾਬ। ਕੋਈ ਸਾਨੂੰ ਉਹਦੀ ਕੋਈ ਹਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਸਾਨੂੰ ਕਹਿੰਦਾ ਵੱਢ ਕੇ ਜਾਊਂਗਾ ਜੇਲ੍ਹ 'ਚੋਂ ਆਇਆ ਜਨਾਬ। ਜੇਲ੍ਹ 'ਚ ਕਹਿੰਦਾ ਵੀ 14 ਲੱਖ ਦੀ ਉਹਨੇ ਕੀਤੀ ਸੀ ਜੀਰੇ ਵਾਲੀ ਲੁੱਟ ਮਾਰ, ਉਹੀ ਜੇਲ੍ਹ 'ਚੋਂ ਆਇਆ ਅਤੇ ਉਹੀ ਕਹਿੰਦਾ ਵੀ ਮੈਂ ਵੱਢ ਕੇ ਜਾਊਂਗਾ ਜੇਲ੍ਹ 'ਚ, ਫਿਰ ਜਾਊਂਗਾ ਜੀ ਜਨਾਬ। ਉਹਨਾਂ ਚਿਰ ਮੈਂ ਜੇਲ੍ਹ 'ਚ ਉਹਨਾਂ ਚਿਰ ਜੇਲ੍ਹ 'ਚ ਆਉਂਦਾ ਜਨਾਬ, ਨਹੀਂ ਮੈਂ ਜਾਣਾ। ਹੁਣ ਤੁਹਾਨੂੰ ਧਮਕੀਆਂ ਮਿਲ ਰਹੀਆਂ? ਹਾਂਜੀ। ਅਤੇ ਕੀ ਕਹਿ ਰਹੇ ਨੇ? ਪੁਲਿਸ ਕਹਿ ਰਹੀ ਬੰਦੇ ਬੁੰਦੇ ਫੜ ਰਹੀ ਕਿ ਨਹੀਂ? ਨਹੀਂ ਕੁਛ ਨਾ, ਕੋਈ ਸਾਡੀ ਸੁਣਵਾਈ ਨਹੀਂ। ਕੀ ਮੰਗ ਹੈ ਤੁਹਾਡੀ? ਸਾਡੀ ਮੰਗ ਹੈ ਇਨਸਾਫ, ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ। ਠੀਕ। ਬਦਮਾਸ਼ ਜੀ ਮਨਰੇਗਾ ਦੇ ਕੰਮ 'ਤੇ ਲੱਗੇ ਸੀ ਇਹ ਲੇਡੀਜ਼ ਹੋਈ, ਅਤੇ ਇੱਕ ਹੈਗੇ ਨਿਸ਼ਾਨ ਸਿੰਘ, ਸੁਲੱਖਣ ਸਿੰਘ ਪੁੱਤਰ ਗੁਰਮੇਲ ਸਿੰਘ, ਇਹ ਵੀ ਉਗੋਕ ਦੇ ਰਹਿਣ ਵਾਲੇ ਆ। ਮਨਰੇਗਾ ਦਾ ਕੰਮ ਚੱਲਦਾ ਸੀ ਅਤੇ ਇਹ ਬਾਲਣ ਢੋਲਦੇ ਸੀ ਇਹ ਨਿਸ਼ਾਨ ਸਿੰਘ ਵਗੈਰਾ, ਅਤੇ ਇਹ ਜਦੋਂ ਟਰੈਕਟਰ ਲੈ ਕੇ ਟੱਪਦੇ ਸੀ ਉਹਨਾਂ ਦੇ ਘੱਟਾ ਘੁੱਟਾ ਪੈਂਦਾ ਸੀ, ਉਹਨਾਂ ਨੇ ਰੁੱਕ ਕਿਹਾ ਵੀ ਟਰੈਕਟਰ ਹੌਲੀ ਕੱਢਿਆ ਕਰੋ। ਬਸ ਇਸੇ ਚੱਕਰ 'ਚ ਇਹਨਾਂ ਨੇ ਸ਼ਾਮ ਨੂੰ ਉਹਨਾਂ ਦੇ ਘਰ ਜਾ ਕੇ ਕੁੱਟਮਾਰ ਕੀਤੀ ਲੇਡੀਜ਼ ਦੀ, ਫਿਰ ਉਹਦੀ ਕੁੜੀ ਚੜਾਉਣਾ ਸੀ ਉਹਦੇ ਵਿੱਚ ਬੜਾ ਚੂੜਾ ਮਾਰੀਆਂ, ਅਤੇ ਇਹ ਦਾਖਲ ਇੱਥੇ ਫਿਰੋਜ਼ਸ਼ਾਹ ਦਾਖਲ ਸੀਗਾ ਉੱਥੋਂ ਐੱਮ ਐੱਲ ਆਰ ਆਈ, ਅਤੇ ਜਿਹੜਾ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 138 ਮਿਤੀ 4/12 ਅੰਡਰ ਸੈਕਸ਼ਨ 452 323 IPC ਦਰਜ ਕੀਤਾ। ਅੱਛਾ, ਦੋਸ਼ੀ ਅਰੈਸਟ ਕੀਤੇ ਗਏ ਯਾਰ? ਨਹੀਂ, ਉੱਧਰ ਰੇਡ ਮਾਰ ਰਹੇ ਹਾਂ ਜੀ, ਅਤੇ ਜਲਦੀ ਕੰਮ ਕਰਕੇ ਅਰੈਸਟ ਮਾਰੋ। ਕੀ ਤੁਸੀਂ ਪਰੇਸ਼ਾਨ ਹੋ? ਸਮੱਸਿਆ ਕੋਈ ਵੀ ਹੋਵੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਮੋਹਨਦਾਸ ਸ਼ਾਸਤਰੀ ਜੀ 9832-091947। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਪਰੇਸ਼ਾਨੀ ਜਿਵੇਂ ਪ੍ਰੇਮ ਵਿਆਹ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9832-091947।